ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਸਟੌਪ ਨਿਊਜ਼ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨਕਰ ਅੱਜ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ 23 ਦਸੰਬਰ ਦੀਆਂ ਹੁਣ ਤੱਕ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਪਾਰਾ 2 ਤੋਂ 3 ਡਿਗਰੀ ਹੋਰ ਹੇਠਾਂ ਡਿੱਗਣ ਦੀ ਭਵਿੱਖਬਾਣੀ ਕੀਤੀ ਹੈ ਯਾਨੀ ਕਿ ਪੰਜਾਬ 'ਚ ਠੰਡ ਹੋਰ ਵਧੇਗੀ ਪਰ ਦਿਨ ਦਾ ਮੌਸਮ ਸਾਫ਼ ਰਹੇਗਾ ਸੰਘਣੀ ਧੁੰਦ ਅਗਲੇ 4 ਤੋਂ 5 ਦਿਨਾਂ ਤੱਕ ਪੈਂਦੀ ਰਹੂਗੀ ਹਾਲਾਂਕਿ ਤੜਕੇ 8:30 ਵਜੇ ਤੋਂ ਬਾਅਦ ਮੌਸਮ ਸਾਫ਼ ਹੋ ਜਾਇਆ ਕਰੂਗਾ ਮੌਸਮ ਵਿਭਾਗ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਡੈਂਸ ਫੌਗ ਦੇਖਣ ਨੂੰ ਮਿਲ ਸਕਦੀ ਹੈ ਤੇ ਵਿਜ਼ਿਬਿਲਟੀ ਯਾਨੀ ਕਿ ਦੇਖਣ ਦੀ ਜਿਹੜੀ ਸਮਰੱਥਾ ਹੈ ਉਹ ਸਿਰਫ 10 ਮੀਟਰ ਤੱਕ ਹੀ ਰਹੇਗੀ ਗੱਲ ਕਰੀਏ ਅੱਜ ਰਾਤ ਦੇ ਤਾਪਮਨ ਦੀ ਤਪਾਰੇ ਵਿੱਚ 4 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ ਯਾਨੀ ਕਿ ਲੰਘੇ ਦਿਨ ਦੇ ਮੁਕਾਬਲੇ ਠੰਡ ਤੋਂ ਰਾਹਤ ਮਿਲੇਗੀ ਸਭ ਤੋਂ ਠੰਡਾ ਬਠਿੰਡਾ ਰਿਹਾ 6 ਡਿਗਰੀ ਸੈਲਸੀਅਸ ਇੱਥੇ ਦਰਜ ਕੀਤਾ ਗਿਆ ਜਦਕਿ ਕੱਲ ਲੁਧਿਆਣਾ 1.5 ਡਿਗਰੀ ਨਾਲ ਸਭ ਤੋਂ ਠੰਡਾ ਸੀ ਪਰ ਅੱਜ ਲੁਧਿਆਣੇ ਦੇ ਤਾਪਮਨ ਚ 5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਯਾਨੀ ਕਿ ਇਹ 8.5 ਤੱਕ ਪਹੁੰਚ ਗਿਆ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਤਾਂ ਠੰਡ ਨੇ ਮੋੜ ਤੋਂ ਯੂ-ਟਰਨ ਮਾਰਿਆ ਰਾਤ ਦਾ ਤਾਪਮਨ 11 ਡਿਗਰੀ ਹੈ ਜਦਕਿ ਲੰਗੇ ਦਿਨੀ 5 ਡਿਗਰੀ ਦੇ ਆਲੇ-ਦੋਲੇ ਸੀ ਪਠਾਨਕੋਟ ਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਇੱਥੇ ਘੱਟੋ-ਘੱਟ ਤਾਪਮਨ 12 ਡਿਗਰੀ ਦਰਜ ਕੀਤਾ ਗਿਆ ਉਧਰ ਹਿਮਾਚਲ ਪ੍ਰਦੇਸ਼ ਦੇ ਲਾਹੌਲ 스ਪਿਤੀ ਦੀਆਂ ਉੱਚੀਆਂ ਪਹਾੜੀਆਂ ਦੇ ਵਿੱਚ ਰਾਤ ਨੂੰ ਸਨੋ ਫਾਲ ਹੋਈ ਹੈ ਜਿਸ ਪਾਲੋਸਰ ਲਾਹੌਰ ਕਾਟੀ ਰੋਹਤਾਂਗ ਵਿੱਚ 2 ਤੋਂ 3 ਇੰਚ ਤੱਕ ਬਰਫ਼ ਦੀ ਸਫੇਦ ਚਾਦਰ ਲਾਹੌਲ ਘਾਟੀ ਵਿੱਚ ਜ਼ਿਆਦਾ ਬਰਫਵਾਰੀ ਕਰਕੇ ਸੜਕਾਂ ਤੇ ਚੱਲਣਾ ਮੁਸ਼ਕਲ ਹੋ ਗਿਆ। ਸੂਬੇ ਦੇ 8 ਜ਼ਿਲਾਂ ਦੇ ਵਿੱਚ ਅੱਜ ਰਾਤ ਨੂੰ ਵੀ ਸਨੋਫਾਲ ਦੀ ਭਵਿੱਖਬਾਣੀ ਹੈ। ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਮੰਡੀ, ਕੁਲੂ, ਲਾਹੌਲ, ਸਪਤਿ, ਕਿਨੌਰ, ਸ਼ਿਮਲਾ ਤੇ ਸਿਰਮੌਰ ਜ਼ਿਲ੍ਹੇ ਦੇ ਉੱਚੇ ਪਹਾੜਾਂ ਤੇ ਬਰਫਵਾਰੀ ਦੀ ਭਵਿੱਖਬਾਣੀ ਕੀਤੀ ਹੈ। ਹੁਣ ਗੱਲ ਕਰੋਨਾ ਦੇ ਨਵੇਂ ਵੇਰੀਐਂਟ ਦੇ ਰੌਲੇ ਦੀ ਕਰਾਂਗੇ। ਸਰਕਾਰਾਂ ਨੂੰ ਕਾਫੀ ਚਿੰਤਾ ਹੋਈ ਪਈ ਹੈ ਕਰੋਨਾ ਦੇ ਨਵੇਂ ਰੂਪ ਜੀਐਨ1 ਦੀ। ਚੰਡੀਗੜ੍ਹ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਹਸਪਤਾਲਾਂ ਤੇ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਾਉਣਾ ਫੇਰ ਲਾਜ਼ਮੀ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਵੀ ਨਾ ਜਾਣ ਦੀ ਸਲਾਹ ਦਿੱਤੀ ਹੈ। ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਚਨਾ ਨੂੰ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਭੀੜ ਵਾਲੀਆਂ ਥਾਵਾਂ ਤੇ ਆਮ ਲੋਕਾਂ ਸਮੇਤ ਹਸਪਤਾਲਾਂ ਦੇ ਵਿੱਚ ਡਾਕਟਰਾਂ, ਪੈਰਾਮੈਡੀਕਲ ਤੇ ਹੋਰ ਸਿਹਤ ਕਰਮੀਆਂ ਨੂੰ ਲਾਜ਼ਮੀ ਤੌਰ ਤੇ ਮਾਸਕ ਪਹਿਨਣਾ ਹੀ ਹੋਵੇਗਾ। ਹਸਪਤਾਲਾਂ ਦੇ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਸੇਵਾਦਾਰਾਂ ਨੂੰ ਵੀ ਲਾਜ਼ਮੀ ਤੌਰ ਤੇ ਮਾਸਕ ਪਹਿਨਣੇ ਹੀ ਹੋਣਗੇ। ਜੇ ਛਿੱਕ ਤੁਸੀਂ ਮਾਰਦੇ ਹੋ ਤਾਂ ਨੱਕ ਤੇ ਮੂੰਹ ਨੂੰ ਰਮਾਲ ਜਾਂ ਕੁਣੀ ਨਾਟਕਨ ਦੀ ਸਲਾਹ ਦਿੱਤੀ ਗਈ ਹੈ ਵਾਰੀ ਵਾਰੀ ਆਪਣੇ ਹੱਥਾਂ ਨੂੰ ਸਾਬਣ ਜਾਂ ਫਿਰ ਪਾਣੀ ਨਾਲ ਧੋលਿਆ ਕਰੋ ਜੇ ਤੁਸੀਂ ਸਾਹ ਦੀ ਬਿਮਾਰੀ ਦੇ ਲੱਛਣਾਂ ਤੋਂ ਪੀੜਤ ਹੋ ਤਾਂ ਤੁਰੰਤ ਡਾਕਟਰ ਨੂੰ ਸੰਪਰਕ ਕਰੋ ਦੈਨਿਕ ਪਾਸ ਕਰਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਕਰੋਨਾ ਦੇ ਨਾਲ ਲੋਕਾਂ ਦੀਆਂ ਜਾਨਾਂ ਜਾਣੀਆਂ ਵੀ ਸ਼ੁਰੂ ਹੋ ਗਈਆਂ ਨੇ ਕਰੀਬ 8 ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਕਰਕੇ ਜਲੰਧਰ ਚ ਇੱਕ 60 ਸਾਲਾ ਔਰਤ ਦੀ ਜਾਨ ਚਲੀ ਗਈ ਹੈ ਹਾਲਾਂਕਿ ਔਰਤ ਸ਼ੂਗਰ ਦੀ ਮਰੀਜ਼ ਵੀ ਸੀ ਉਹ ਆਪਣਾ ਇਲਾਜ ਕਰਵਾਉਣ ਲਈ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਤੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਹਸਪਤਾਲ ਪਹੁੰਚੀ ਸੀ ਔਰਤ ਨੂੰ ਤੇਜ਼ ਬੁਖਾਰ ਸੀ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਹਸਪਤਾਲ ਦੇ ਵਿੱਚ ਉਸ ਦਾ ਕਰੋਨਾ ਟੈਸਟ ਪੋਜ਼ਿਟਿਵ ਪਾਇਆ ਗਿਆ ਤੇ ਇਸ ਦਾ ਸਸਕਾਰ ਵੀ ਕੋਵਿਡ ਪ੍ਰੋਟੋਕੋਲ ਮੁਤਾਬਕ ਕੀਤਾ ਜਾਊਗਾ ਜਲੰਧਰ ਦੇ ਵਿੱਚ ਵੀ ਇੱਕ 46 ਸਾਲ ਦੇ ਵਿਅਕਤੀ ਦੇ ਕਰੋਨਾ ਪੋਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ ਜਿਸ ਨੂੰ ਘਰ ਦੇ ਵਿੱਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰਾਂ ਮਿਲੀਆਂ ਨੇ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਕਰੋਨਾ ਦੇ ਕੇਸ ਆ ਰਹੇ ਨੇ ਪਰ ਸਿਹਤ ਵਿਭਾਗ ਇਹਨਾਂ ਕੇਸਾਂ ਨੂੰ ਅੰਦਰ ਖਾਤੇ ਲੁਕਾ ਰਿਹਾ ਮੀਡੀਆ ਦੇ ਵਿੱਚ ਵੀ ਖਬਰਾਂ ਨਸ਼ਰ ਕਰਨ ਤੋਂ ਰੋਕ ਲਈ ਜਾ ਰਹੀ ਹੈ ਇਸ ਪਿਛੇ ਵਿਭਾਗ ਦੀ ਕਰੋਨਾ ਨਾਲ ਨਾ ਲੜ ਸਕਣ ਦੀ ਤਿਆਰੀ ਹੈ ਜਾਂ ਕੋਈ ਹੋਰ ਕਾਰਨ ਹੈ ਇਸ ਬਾਰੇ ਤਾਂ ਹੁਣ ਸਿਹਤ ਵਿਭਾਗ ਹੀ ਜਾਣਦਾ ਹੈ ਹਾਲਾਂਕਿ ਮਾਹਿਰ ਡਾਕਟਰਾਂ ਸਮੇਤ ਦੇਸ਼ ਦੇ ਸਿਹਤ ਮੰਤਰੀ ਮਨਸੂਖ ਮੰਡਾਵੀਆ ਨੇ ਵੀ ਕਿਹਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਸਿਰਫ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੇ ਵਿੱਚ ਨਿਆਣਿਆਂ ਨੂੰ ਠੰਡ ਦੀਆਂ ਛੁੱਟੀਆਂ ਤਾਂ ਕੱਲ ਨੂੰ ਸ਼ੁਰੂ ਹੋ ਜਾਣਗੀਆਂ ਹਾਲਾਂਕਿ ਕੱਲ ਨੂੰ ਐਤਵਾਰ ਹੀ ਹੈ ਪਰ ਇਹ ਵੀ ਸਰਦੀਆਂ ਦੇ ਛੁੱਟੀਆਂ 'ਚ ਗਿਣਿਆ ਗਿਆ ਹੈ ਪਰ ਵਿਦਿਆਰਥੀਆਂ ਨੂੰ ਕਹਿੰਦੇ ਛੁੱਟੀਆਂ ਦੇ ਵਿੱਚ ਵੀ ਘਰ ਬੈ ਕੇ ਪੜ੍ਹਾਈ ਕਰਨੀ ਪਾਉਗੀ ਸਿੱਖਿਆ ਵਿਭਾਗ ਨੇ ਤੀਜੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਤਿੰਨ ਵਿਸ਼ੇ ਅੰਗਰੇਜ਼ੀ ਪੰਜਾਬੀ ਤੇ ਹਿਸਾਬ ਦਾ ਹੋਮਵਰਕ ਤਿਆਰ ਕਰਕੇ ਨਿਆਣਿਆਂ ਨੂੰ ਭੇਜ ਦਿੱਤਾ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰੋਜ਼ਾਨਾ ਪੰਜਾਬੀ ਤੇ ਅੰਗਰੇਜ਼ੀ ਦੀ ਕੋਈ ਇੱਕ ਕਹਾਣੀ ਕਿਤਾਬ ਜਾਂ ਫਿਰ ਅਖਬਾਰ ਤੋਂ ਪੜ੍ਹਨੀ ਹੋਊਗੀ ਇਹਦੇ ਨਾਲ ਬੱਚਿਆਂ ਨੂੰ ਪੜ੍ਹਨ ਦੀ ਆਦਤ ਪਾਉਗੀ ਇਸ ਤੋਂ ਇਲਾਵਾ ਬੱਚਿਆਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਘਰ ਵਿੱਚ ਰੱਖੇ ਸਮਾਨ ਦੀ ਸੂਚੀ ਵੀ ਤਿਆਰ ਕਰੋ ਮਾਪਿਆਂ ਵੱਲੋਂ ਖਰਚ ਕਰਨ ਵਾਲੇ ਪੈਸੇ ਦਾ ਹਿਸਾਬ ਰੱਖਿਆ ਜਾਵੇ ਇਸੇ ਬਹਾਨੇ ਨਾਲ ਉਹ ਪਰਿਵਾਰ ਨਾਲ ਵੀ ਜੁੜਨਗੇ ਚੰਗੀਆਂ ਗੱਲਾਂ ਵੀ ਸਿੱਖਣਗੇ ਅੱਜ 8 ਪੋ 23 ਦਸੰਬਰ ਦਾ ਦਿਨ ਹੈ ਉਹ ਦਿਨ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਮੌਜੂਦ ਸਿੰਘ ਅਸਾਵੀ ਜੰਗ ਦੇ ਵਿੱਚ ਜੂਝਦਿਆਂ ਵੀਰਗਤੀ ਪ੍ਰਾਪਤ ਕਰ ਗਏ ਸਨ ਅੱਜ ਪੂਰੀ ਦੁਨੀਆ ਦੇ ਵਿੱਚ ਉਸ ਲਾਸਾਨੀ ਸ਼ਹਾਦਤ ਨੂੰ ਸਿਰਜਦਾ ਕੀਤਾ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਮਕੌਰ ਦੀ ਕੱਚੀ ਗੜੀ ਦੇ ਵਿੱਚੋਂ ਸਿੰਘਾਂ ਦੀ ਫੌਜ ਦੀ ਕਮਾਨ ਸੰਭੀ ਸੀ ਹਾਲਾਂਕਿ ਫੌਜ ਬਹੁਤ ਛੋਟੀ ਸੀ ਪਰ ਜਾਨਾ ਹੂਲ ਕੇ ਲੜੇ ਸਿੰਘਾਂ ਨੇ 10 ਲੱਖ ਫੌਜਾਂ ਨੂੰ ਵੀ ਹਰਾ ਕੇ ਰੱਖ ਦਿੱਤਾ ਸੀ ਮੁਗਲਾਂ ਨੂੰ ਖਾਲੀ ਹੱਥ ਪੁੱਠੇ ਮੁੜਨਾ ਪਿਆ ਸੀ ਕਿਉਂਕਿ ਨਾ ਤਾਂ ਉਹਨਾਂ ਨੂੰ ਜਿਉਂਦੇ ਜੀ ਗੁਰੂ ਸਾਹਿਬ ਮਿਲੇ ਤੇ ਨਾ ਹੀ ਗੁਰੂ ਸਾਹਿਬ ਦੇ ਲਾਲ ਉਹਨਾਂ ਦੇ ਹੱਥ ਆਏ ਜਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਦਾ ਅੱਜ ਆਖਰੀ ਦਿਨ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਕਤਲਗੜ੍ਹ ਸਾਹਿਬ ਅਤੇ ਹੋਰ ਇਤਿਹਾਸਿਕ ਗੁਰਦ ਧਾਮਾਂ ਵਿਖੇ ਮੱਥਾ ਟੇਕਿਆ ਅਤੇ ਸ਼ਹੀਦਾਂ ਨੂੰ ਯਾਦ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਮੂਹ ਸਿੰਘਾਂ ਅਤੇ ਦਸਮੇਸ਼ ਪਿਤਾ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕੀਤਾ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਸਾਰੇ ਲੀਡਰਾਂ ਨੇ ਵੀ ਇਸ ਲਸਾਨੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਸਮਾਪਤ ਹੋਣ ਤੋਂ ਬਾਅਦ ਹੁਣ ਫਤਿਹਗੜ ਸਾਹਿਬ ਵਿਖੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਸ਼ੀ ਦੀ ਜੋੜਮੇਲ 26 ਤੋਂ ਲੈ ਕੇ 28 ਦਸੰਬਰ ਤੱਕ ਸਜਣਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ 28 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਪੂਰੇ 10 ਮਿੰਟ ਸਮੁੱਚੀ ਸੰਗਤ ਨੂੰ ਮool ਮੰਤਰ ਅਤੇ ਗੁਰਮੰਤਰ ਦਾ ਜਾਪ ਕਰਨ ਦਾ ਸੁਨੇਹਾ ਦਿੱਤਾ ਹੈ। ਉਹਨਾਂ ਦੀ ਅਸਾਨੀ ਸ਼ਹਾਦਤਾਂ ਨੂੰ ਯਾਦ ਕਰਦਿਆਂ ਸਮੁੱਚਾ ਪੰਥ ਸਮੁੱਚੀ ਲੋਕਾਈ ਇਕੱਠੀ ਹੋ ਕੇ ਅਕਾਲ ਪੁਰਖ ਦਾ ਨਾਮ ਤੇ ਆਉਂਦੇ ਹੋਏ ਉਹਨਾਂ ਲਾਸਾਨੀ ਸ਼ਹਾਦਤਾਂ ਨੂੰ ਸਜਦਾ ਕਰੇ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 28 ਦਸੰਬਰ ਨੂੰ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਉਸੇ ਸਮੇਂ ਤੇ ਯਾਨੀ ਕਿ ਸਵੇਰੇ 10 ਵਜੇ 10 ਮਿੰਟ ਤੱਕ ਮਾਤਮੀ ਬਿਗਲ ਵਜਾਉਣ ਦਾ ਵੀ ਐਲਾਨ ਕੀਤਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੁੱਚੇ ਸਿੱਖ ਪੰਥ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਇਸ ਐਲਾਨ ਤੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ ਐਡਵੋਕੇਟ ਤਾਮੀਰ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਨੂੰ ਮਾਤਮੀ ਰੰਗਤ ਨਾ ਦਿੱਤੀ ਜਾਵੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਇਤਿਹਾਸ ਲਈ ਪ੍ਰੇਰਣਾ ਸਰੋਤ ਹੈ ਸ਼ਹਾਦਤਾਂ ਮਾਤਮੀ ਘਟਨਾ ਨਹੀਂ ਬਲਕਿ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਤੇ ਸ਼ਹਾਦਤਾਂ ਨੂੰ ਆਤਮਿਕ ਘਟਨਾ ਵਜੋਂ ਉਭਾਰਨਾ ਸਿੱਖ ਸਿਧਾਂਤਾਂ ਦੇ ਖਿਲਾਫ ਹੈ ਦਲ ਖਾਲਸਾ ਦੇ ਜਨਰਲ ਸਕੱਤਰ ਕਮਰਪਾਲ ਸਿੰਘ ਨੇ ਵੀ ਪੰਜਾਬ ਸਰਕਾਰ ਦੇ ਫੈਸਲੇ ਨੂੰ ਸਿੱਖ ਸਿਧਾਂਤਾਂ ਦੇ ਉਲਟ ਦੱਸਦੇ ਹੋਏ ਕਿਹਾ ਹੈ ਕਿ ਤੁਸੀਂ ਸੈਜਾਦਿਆਂ ਦੀ ਸ਼ਹਾਦਤ ਦਾ ਹਿੰਦੂਕਰਨ ਕਰਨਾ ਚਾਹੁੰਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਮਝ ਤੋਂ ਕਮ ਲੈਣ ਆਪਣੇ ਸਿਧਾਂਤਹੀਣ ਫੈਸਲੇ ਨੂੰ ਵਾਪਸ ਲੈਣ ਸ਼੍ਰੋਮਣੀ ਕਾਲੀਦਾਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਵੀ ਮਾਤਮੀ ਵਿਗਲ ਨੂੰ ਲੈ ਕੇ ਸਖਤ ਇਤਰਾਜ਼ ਜ਼ਾਹਰ ਕਰਦੇ ਹੋਏ ਕਿਹਾ ਕਿ ਸਾਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੇ ਫਖਰ ਹੈ ਇਸ ਦਿਹਾੜੇ ਮਾਤਮ ਨਹੀਂ ਨਗਾਰੇ বাজائے ਜਾਂਦੇ ਨੇ ਵੀਰ ਰਸ ਦੀਆਂ ਵਾਰਾਂ ਦਾ ਗਾਇਨ ਹੁੰਦਾ ਹੈ ਹੋ ਸਕਦਾ ਹੈ ਕਿ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜਾਣਕਾਰੀ ਨਾ ਹੋਵੇ ਤੇ ਹੁਣ ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਤਾਂ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਲੀਡਰ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਣਾ ਨੇ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਖਾਲਸਾ ਪੰਥ ਵਿੱਚ ਮਾਤਮ ਦੀ ਕੋਈ ਥਾਂ ਨਹੀਂ ਹੈ ਛੋਟੇ ਸਾਹਿਬਜ਼ਾਦੇ ਸਾਡੇ ਬਾਬੇ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਸਿੱਖ ਸਦਾ ਹੀ ਨਗਾਰਿਆਂ ਤੇ ਚੜ੍ਹਦੀ ਕਲਾ ਦੇ ਜਗਾਰਿਆਂ ਨਾਲ ਮਨਾਉਂਦੇ ਆਏ ਨੇ ਤੇ ਮਨਾਉਂਦੇ ਰਹਿਣਗੇ ਉਹਨਾਂ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਰਵਾਇਤਾਂ ਦਾ ਖਿਆਲ ਰੱਖਦਿਆਂ ਹੋਇਆਂ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਇਹਨਾਂ ਸਿੱਖ ਲੀਡਰਾਂ ਤੋਂ ਇਲਾਵਾ ਸਮੁੱਚਾ ਸਿੱਖ ਭਾਈਚਾਰਾ ਵੀ ਇਹੀ ਕਹਿ ਰਿਹਾ ਹੈ ਕਿ ਮੁੱਖ ਮੰਤਰੀ ਦਾ ਇਹ ਫੈਸਲਾ ਬਿਲਕੁਲ ਗਲਤ ਹੈ ਕਿਉਂਕਿ ਮਾਤਮ ਮੌਤ ਦਾ ਹੁੰਦਾ ਹੈ ਸ਼ਹਾਦਤ ਨਾ ਨਹੀਂ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਣੀਆਂ ਨਵੀਆਂ ਵੋਟਾਂ ਨੂੰ ਲੈ ਕੇ ਵੱਡਾ ਇਲਜ਼ਾਮ ਲੱਗਿਆ ਸਿੱਖ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ 50% ਦੀਆਂ ਵੋਟਾਂ ਗੈਰ ਸਿੱਖਾਂ ਦੀਆਂ ਬਣਾਈਆਂ ਗਈਆਂ ਨੇ। ਸਿੱਖ ਭਾਈਚਾਰੇ ਨੇ ਕੈਥਲ ਦੇ ਡੀਸੀ ਨੂੰ ਸ਼ਿਕਾਇਤ ਸੌਂਪੀ ਹੈ ਇਸ ਵਿੱਚ ਉਹਨਾਂ ਨੇ ਵੋਟਰ ਲਿਸਟ ਵੀ ਦਿੱਤੀ ਹੈ ਜਿਸ ਵਿੱਚ ਹਿੰਦੂ ਭਾਈਚ ਦੇ ਕਈ ਮੋਤਬਰਾਂ ਦੀਆਂ ਵੀ ਵੋਟਾਂ ਬਣਾ ਦਿੱਤੀਆਂ ਗਈਆਂ ਨੇ ਇਸ ਵੇਲੇ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ ਫਰਜ਼ੀ ਵੋਟਾਂ ਬਣਾਉਣ ਦਾ ਇਲਜ਼ਾਮ ਲਾਇਆ ਸੀ ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਲਰਟ ਰਹਿਣ ਆਪੋ ਆਪਣੇ ਇਲਾਕਿਆਂ ਦੇ ਵਿੱਚ ਵੋਟਰ ਸੂਚੀਆਂ ਚੈੱਕ ਕਰਨ ਸ਼ਿਕਾਇਤ ਸਬੰਧਤ ਅਧਿਕਾਰੀਆਂ ਨੂੰ ਕਰਨ ਜਿਹੜੀਆਂ ਵੀ ਜਾਲੀ ਵੋਟਾਂ ਬਣੀਆਂ ਨੇ ਉਸ ਦੀ ਦਾਦੂਵਾਲ ਨੇ ਹਰਿਆਣਾ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਕਿਸੇ ਵੀ ਗੈਰ ਸਿੱਖ ਦੀ ਵੋਟ ਨਾ ਬਣੇ ਅੱਜ ਤੋਂ 31 ਸਾਲ ਪਹਿਲਾਂ 1 ਜਨਵਰੀ 1993 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗੁਰਦੇਵ ਸਿੰਘ ਗਾਂਕੇ ਦੇ ਝੂਠੇ ਪੁਲਿਸ ਐਨਕਾਊਂਟਰ ਮਾਮਲੇ ਦੀ ਰਿਪੋਰਟ ਜਾਂਚ ਕਮੇਟੀ ਬਣ ਦੇ 25 ਸਾਲ ਬਾਅਦ ਪਹਿਲੀ ਵਾਰੀ ਸਾਹਮਣੇ ਆਈ ਹੈ 1998 ਦੇ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਜਾਂਚ ਤਤਕਾਲੀ ਏਡੀਜੀਪੀ ਬੀਪੀ ਤਿਵਾੜੀ ਨੂੰ ਸੌਂਪੀ ਸੀ 3 ਮਹੀਨਿਆਂ ਦੇ ਅੰਦਰ ਜਾਂਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਸਨ ਪਰ ਹੈਰਾਨੀ ਹੈ ਕਿ 3 ਮਹੀਨਿਆਂ ਦਾ ਸਮਾਂ 25 ਸਾਲਾਂ ਬਾਅਦ ਪੂਰਾ ਹੋਇਆ ਹੈ EDGP तिवारी ਨੇ ਜੁਲਾਈ 1999 ਦੇ ਵਿੱਚ ਹਾਲਾਂਕਿ ਰਿਪੋਰਟ ਦੇ ਦਿੱਤੀ ਸੀ ਤਤਕਾਲੀ ਡੀਜੀਪੀ ਕੇਪੀਐਸ ਗਿਲਸਮਿਤ ਕਈ ਅਫਸਰਾਂ ਤੇ ਗੰਭੀਰ ਸਵਾਲ ਵੀ ਚੁੱਕੇ ਗਏ ਸੀ ਪਰ ਇਸ ਦੇ ਬਾਵਜੂਦ ਤਤਕਾਲੀ ਬਾਦਲ ਸਰਕਾਰ ਨੇ ਇਸ ਤੇ ਐਕਸ਼ਨ ਤਾਂ ਕੀ ਲੈਣਾ ਸੀ ਇਸ ਨੂੰ ਦਬ ਹੀ ਦਿੱਤਾ ਪਰ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਦੇ ਮੁਖੀ ਸਰਬਜੀਤ ਸਿੰਘ ਵੇਰਕਾ ਦੀਆਂ ਕੋਸ਼ਿਸ਼ਾਂ ਦੇ ਨਾਲ ਸੀਨੀਅਰ ਵਕੀਲ ਹਿਊਮਨ ਰਾਈਟਸ ਦੇ ਜਿਹੜੇ ਵਕੀਲ ਨੇ ਰਾਜਵਿੰਦਰ ਸਿੰਘ ਬੈਂਸ ਉਹਨਾਂ ਨੇ ਇਸ ਰਿਪੋਰਟ ਨੂੰ ਜਨਤਕ ਕੀਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਐਸਜੀਪੀਸੀ ਸ਼੍ਰੋਮਣੀ ਕਾਲੇਦਲ ਤੇ ਪੰਜਾਬ ਸਰਕਾਰ ਨੂੰ ਵੀ ਇਹ ਰਿਪੋਰਟ ਦੀ ਕਾਪੀ ਭੇਜ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਨਿਆਂ ਕੀਤਾ ਜਾਵੇ ਇਨਸਾਫ ਕੀਤਾ ਜਾਵੇ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਕੋਈ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਇੰਨਾ ਵੱਡਾ ਅਪਰਾਧ ਜਾਂ ਫਿਰ ਉਹਨਾਂ ਨੂੰ ਟਾਰਚਰ ਕਰਨ ਵਰਗੀ ਜੁਰਰਤ ਨਾ ਕਰ ਸਕੇ ਵਕੀਲ ਰਾਜਵਿੰਦਰ ਬੈਂਸ ਨੇ ਕਿਹਾ ਕਿ ਇਸ ਮਸਲੇ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਂਗ ਮੁਹਿੰਮ ਬਣਾਉਣ ਦੀ ਲੋੜ ਹੈ ਡੀਜੀਪੀ ਬੀਪੀ ਤਵਾਰੀ ਦੀ ਜਾਂਚ ਰਿਪੋਰਟ ਵਿੱਚ ਪੁਲਿਸ ਦਾ ਸਭ ਤੋਂ ਵੱਡਾ ਝੂਠ ਬੇਨਕਾਬ ਹੋਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਗ੍ਰਿਫਤਾਰੀ 2 ਜਨਵਰੀ 1993 ਨੂੰ ਨਹੀਂ ਬਲਕਿ 25 ਦਸੰਬਰ 1992 ਨੂੰ ਹੋਈ ਸੀ ਜਦਕਿ ਪੁਲਿਸ ਇਹ ਕਹਿੰਦੀ ਰਹੀ ਕਿ 2 ਜਨਵਰੀ ਨੂੰ ਫੜਿਆ ਸੀ ਪੁਲਿਸ ਦੇ ਰਿਕਾਰਡ ਦੇ ਵਿੱਚ 2 ਜਨਵਰੀ ਹੀ ਦਿਖਾਇਆ ਗਿਆ ਪਰ ਜਾਂਚ ਕਮੇਟੀ ਨੇ ਪਿੰਡ ਵਾਲਿਆਂ ਤੋਂ ਰਿਸ਼ਤੇਦਾਰਾਂ ਤੋਂ ਪਰਿਵਾਰ ਤੋਂ ਜਿਹੜੀ ਪੁੱਛਗਿੱਛ ਕੀਤੀ ਸੀ ਉਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਉਹਨਾਂ ਦੀ ਗ੍ਰਿਫਤਾਰੀ 25 ਦਸੰਬਰ ਨੂੰ ਹੋ ਗਈ ਸੀ ਇਸ ਰਿਪੋਰਟ ਦੇ ਵਿੱਚ ਜੋ ਕੁਝ ਵੀ ਤੱਥ ਸਾਹਮਣੇ ਆਏ ਨੇ ਉਹ ਸਾਰੇ ਪੰਜਾਬ ਪੁਲਿਸ ਦੀ ਭੂਮਿਕਾ ਤੇ ਸਵਾਲ ਖੜੇ ਕਰਦੇ ਨੇ ਜਿਸ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਦ ਸੈਣੀ ਵੀ ਲਪੇਟੇ ਵਿੱਚ ਆਉਂਦਾ ਤੇ ਇਸ ਦੁਨੀਆ ਤੋਂ ਜਾ ਚੁੱਕਿਆ ਪੰਜਾਬ ਦਾ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਦਾ ਨਾਮ ਵੀ ਆਉਂਦਾ ਹੈ ਪੁਲਿਸ ਨੇ ਦੱਸਿਆ ਸੀ ਕਿ ਜਦੋਂ ਕੌਂਕੇ ਨੇ 2 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪਿੰਡ ਕੰਨੀਆਂ ਦੀ ਹੱਦ ਵਿੱਚ ਖੜਕੋਆਂ ਦੀ ਪੁਲਿਸ ਫਾਇਰਿੰਗ ਦਰਾਂ ਨੂੰ 벨ਟ ਤੋੜ ਕੇ ਭੱਜ ਗਏ ਸੀ ਜਦ ਕਿ ਜਥੇਦਾਰ ਕੌਂਕੇ ਦੀ ਪਤਨੀ ਤੇ ਪਿੰਡ ਦੇ ਲੋਕਾਂ ਦਾ ਬਿਆਨ ਦਰਜ ਹੈ ਜਿਨ੍ਹਾਂ ਨੇ ਦੱਸਿਆ ਕਿ 25 ਦਸੰਬਰ 1992 ਨੂੰ ਜਦੋਂ ਕੌਂਕੇ ਦੇ ਗੁਰਦੁਆਰਾ ਸਾਹਿਬ ਤੋਂ ਕਥਾ ਕਰਕੇ ਘਰੇ ਜਾ ਰਹੇ ਸਨ ਤਾਂ ਇੰਸਪੈਕਟਰ ਗੁਰਦੀਪ ਸਿੰਘ ਉਹਨਾਂ ਨੂੰ ਫੜ ਕੇ ਲੈ ਗਿਆ ਸੀ ਤੇ ਫਿਰ ਇਹ ਗੱਲ ਵੀ ਸਾਹਮਣੇ ਆ ਗਈ ਸੀ ਕਿ ਹਿਰਾਸਤ ਦੇ ਵਿੱਚ ਉਹਨਾਂ ਤੇ ਕਿਵੇਂ ਤਸ਼ੱਦਦ ਕੀਤਾ ਗਿਆ ਹਾਲਾਂਕਿ ਬਾਅਦ ਚੋ ਪੁਲਿਸ ਦੇ ਗਵਾਹ ਹੀ ਮੁੱਕਰ ਗਏ ਸਨ ਯਾਨੀ ਕਿ ਪੁਲਸੀਏ ਗਵਾਹ ਆਪ ਹੀ ਮੁੱਕਰ ਗਏ ਸਨ ਦੀਪਿਤ ਵਾੜੀ ਦੀ ਰਿਪੋਰਟ ਵਿੱਚ ਪਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਲਈ ਅਸਲ ਜ਼ਿੰਮੇਵਾਰ ਸਰਨ ਸਿੰਘ ਕੋਟਨਾ ਹਰਪਗਵਾਨ ਸਿੰਘ ਸੋਢੀ ਚੰਨਣ ਸਿੰਘ ਖਿਲਾਫ ਕੋਈ ਤਸੱਲੀ ਵਾਲੀ ਗੱਲ ਨਹੀਂ ਕੀਤੀ ਗਈ ਸੀ ਇਹ ਵੀ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਤਤਕਾਲੀ ਡੀਜੀਪੀ ਕੇਪੀਐਸ ਗਲਨਰ ਨੇ ਮਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਪਾਈ ਗੁਰਦੇਵ ਸਿੰਘ ਕੌਂਕੇ ਦੇ ਖਿਲਾਫ ਇੰਨੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਤੋਂ ਬਾਅਦ ਇਨਾਮ ਵਜੋਂ ਪ੍ਰਮੋਸ਼ਨਾਂ ਦਿੱਤੀਆਂ ਸੀ ਤਰੱਕੀਆਂ ਦਿੱਤੀਆਂ ਸੀ 29 29 ਜਿਹੜੇ ਮੁਲਾਜ਼ਮ ਸੀ ਜਿਹੜੇ ਪਹਿਲਾਂ ਸੀਨੀਅਰ ਸਿਗੇ ਜਿਨ੍ਹਾਂ ਨੇ ਉਹ ਸੌਦੇ ਤੇ ਜਾਣਾ ਸੀ ਉਹਨਾਂ ਸਾਰਿਆਂ ਨੂੰ ਪਿੱਛੇ ਧੱਕ ਕੇ ਉਸ ਪੁਲਸੀਏ ਨੂੰ ਤਰੱਕੀ ਦਿੱਤੀ ਗਈ ਜਿਸ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਸੀ ਇਹ ਖਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ ਝਟਕੇ ਵਾਲੀ ਹੈ ਪਾਰਟੀ ਪ੍ਰਧਾਨ ਸੁਭੀਤ ਸਿੰਘ ਬਾਦਲ ਦੀ ਮਾਫੀ ਤੋਂ ਬਾਅਦ ਪਾਰਟੀ ਨੂੰ ਲੱਗ ਰਿਹਾ ਸੀ ਕਿ ਸੁਖਦੇਵ ਸਿੰਘ ਢੀਂਸਾ ਆਪਣੀ ਪਾਰਟੀ ਸਮੇਤ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਰਲ ਜਾਣਗੇ ਪਰ ਹਾਲ ਦੀ ਘੜੀ ਇਹ ਫੈਸਲਾ 2 ਹਫ਼ਤਿਆਂ ਲਈ ਟਲ ਗਿਆ ਹੈ ਸ਼੍ਰਮnik ਕਲਦਲ ਸੰਜੋਗ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਸਾ ਨੇ ਸੁਖਬੀਰ ਬਾਦਲ ਦੇ ਏਕੇ ਦੀ ਸਿਫਾਰਿਸ਼ ਤੇ ਪਾਰਟੀਆਂ ਕੋਲ ਮੀਟਿੰਗ ਤਾਂ ਕੀਤੀ ਪਰ ਤੈਅ ਹੋਇਆ ਕਿ ਇੱਕ ਕਮੇਟੀ ਬਣੇਗੀ ਜੋ ਜ਼ਿਲ੍ਹਿਆਂ ਦੇ ਵਿੱਚ ਵਰਕਰਾਂ ਦੇ ਨਾਲ ਗੱਲ ਕਰਕੇ ਆਪਣੀ ਰਿਪੋਰਟ ਦੇਵੇਗੀ ਉਸ ਤੋਂ ਬਾਅਦ ਹੀ ਆਖਰੀ ਫੈਸਲਾ ਲਿਆ ਜਾਵੇਗਾ ਪਾਰਟੀ ਲੀਡਰ ਪਰਮਿੰਦਰ ਸਿੰਘ ਢੀਂਸਾ ਨੇ ਕਿਹਾ ਕਿ ਕਮੇਟੀ ਦੋ ਹਫ਼ਤਿਆਂ ਦੇ ਅੰਦਰ ਰਿਪੋਰਟ ਦੇਵੇਗੀ ਮੀਟਿੰਗ ਵਿੱਚ ਆਗੂ ਨੇ ਅੰਤਿਮ ਫੈਸਲਾ ਲੈਣ ਦਾ ਅਧਿਕਾਰ ਹਾਲਾਂਕਿ ਸੁਖਦੇਵ ਸਿੰਘ ਢੀਂਸਾ ਨੂੰ ਹੀ ਦਿੱਤਾ ਹੈ ਕਿੰਨੇ ਦਿਨਾਂ ਦੇ ਹਜੇ ਕੋਈ ਉਹ ਢੀਂਸਾ ਸਾਹਿਬ ਡਿਸਾਈਡ ਕਰਨਗੇ ਜਿਹੜਾ ਦੋ ਹਫਤ ਦੋ ਦੋ ਹਫਤਿਆਂ ਦੇ ਵਿੱਚ ਵਿੱਚ ਜਿਹੜਾ ਹੈ ਉਹ ਆਪਦੀ ਢੀਂਟਾ ਸਾਹਿਬ ਨਾਲ ਜਿਹੜੀ ਆਪਦੀ ਰਿਪੋਰਟ ਦੇਣੀ ਅਕਾਲੀ ਦਲ ਦੇ ਸਥਾਪਨਾ ਦਿਹਾੜੇ ਮੌਕੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਪਰਿਸਰ ਦੇ ਵਿੱਚ ਖੜੇ ਹੋ ਕੇ ਆਪਣੀ ਸਰਕਾਰ ਵੱਲੇ ਹੋਈ ਬੇਅਦਬੀ ਦਾ ਇਨਸਾਫ ਨਾ ਦੇਣ ਦੀ ਮਾਫੀ ਵੀ ਮੰਗੀ ਸੀ ਤੇ ਜਿਹੜੇ ਲੀਡਰ ਅਕਾਲੀ ਦਲ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਚਲੇ ਗਏ ਜਾਂ ਫਿਰ ਉਹਨਾਂ ਨੇ ਵੱਖਰੇ ਅਕਾਲੀ ਦਲ ਬਣਾ ਬਣਾ ਲਏ ਉਹਨਾਂ ਤੋ ਵੀ ਮਾਫੀ ਮੰਗਦਿਆਂ ਇੱਕੇ ਦਾ ਸੱਦਾ ਦਿੱਤਾ ਸੀ ਤੇ ਸੁਖਦੇਵ ਸਿੰਘ ਢੀਂਸਾ ਨੇ ਇਸ ਦੀ ਤਾਰੀਫ ਕੀਤੀ ਸੀ ਪੰਜਾਬੀ ਯੂਨੀਵਰਸਿਟੀ ਵਿੱਚ ਹਿੱਸੇਦਾਰੀ ਨੂੰ ਲੈ ਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਵੱਡਾ ਬਿਆਨ ਆਇਆ ਹੈ ਯੂਨੀਵਰਸਿਟੀ ਦੀ ਚੌਥੀ ਗਲੋਬਲ ਅਲੂਮਨੀ ਮੀਟ ਦੇ ਵਿੱਚ ਪਹੁੰਚੇ ਧਨਖੜ ਨੇ ਕਿਹਾ ਕਿ ਪੀਯੂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵੀ ਹੱਕ ਦਿੱਤਾ ਜਾਵੇ ਕਹਿੰਦੇ ਮੈਂ ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰੂੰਗਾ ਇਸ ਤੋਂ ਪਹਿਲਾਂ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟਰ ਨੇ ਰਾਜਪਾਲ ਨਾਲ ਮੀਟਿੰਗ ਦੌਰਾਨ ਸੀਐਮ ਮਾਨ ਦੀ ਹਾਜ਼ਰੀ ਵਿੱਚ ਯੂਨੀਵਰਸਿਟੀ ਜੋ ਹਿੱਸੇਦਾਰ ਮਾਨ ਨੇ ਸਾਫ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਤੁਹਾਡੇ ਆਗੂ ਨੇ ਖੁਦ ਯੂਨੀਵਰਸਿਟੀ ਨੂੰ ਆਪਣਾ ਅਧਿਕਾਰ ਛੱਡਿਆ ਸੀ ਪਹਿਲਾਂ ਹਰਿਆਣਾ ਦੀ ਸਰਕਾਰ ਫੰਡ ਦਿੰਦੀ ਸੀ ਪਰ ਇਹਨਾਂ ਨੇ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਪੰਜਾਬ ਯੂਨੀਵਰਸਿਟੀ ਵਿੱਚ ਫੰਡਾਂ ਨੂੰ ਲੈ ਕੇ ਆ ਨਹੀਂ ਪਰੇਸ਼ਾਨੀ ਨੂੰ ਦੂਰ ਕਰਨ ਲਈ ਸਿਫਾਰਿਸ਼ ਕੀਤੀ ਸੀ ਤੇ ਕਿਹਾ ਸੀ ਕਿ ਹਰਿਆਣਾ ਨੂੰ ਵੀ ਹਿੱਸਾ ਦਿੱਤਾ ਜਾਵੇ ਤੇ ਉਹ ਵੀ ਆਪਣਾ ਬਣਦਾ ਹਿੱਸਾ ਅਦਾ ਕਰਨਗੇ ਜਦਕਿ ਸੀਐਮਾਨ ਨੇ ਸਾਫ ਕਰ ਦਿੱਤਾ ਸੀ ਕਿ ਅਸੀਂ ਯੂਨੀਵਰਸਿਟੀ ਨੂੰ ਕਿਸੇ ਵੀ ਤਰ੍ਹਾਂ ਦੇ ਫੰਡ ਦੀ ਕਮੀ ਨਹੀਂ ਆਉਣ ਦੇਵਾਂਗੇ ਉੱਤਰ ਭਾਰਤ ਦੇ ਸੂਬਿਆਂ ਦੀ ਜਿਹੜੀ ਜ਼ੋਨਲ ਕੌਂਸਲ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਇਹ ਮਸਲਾ ਉੱਠਿਆ ਸੀ ਹੁਣ ਉਪਰਾਸ਼ਟਰਪਤੀ ਜਗਦੀਪ ਧਨਖੜ ਦੇ ਬਿਆਨ ਨੇ ਮੁੜ ਤੋਂ ਇਸ ਮਸਲੇ ਨੂੰ ਗਰਮਾ ਦਿੱਤਾ ਹੈ ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ 6 ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਸਾਜ਼ਿਸ਼ ਵਿੱਚ ਗ੍ਰਿਫਤਾਰ ਭਾਰਤੀ ਨਾਗਰਿਕ ਨikhil ਗੁਪਤਾ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ਆਇਆ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਨikhil Gupta ਨੂੰ ਤਿੰਨ ਵਾਰੀ ਕੌਂਸਲੇਟ ਦੇ ਵੱਲੋਂ ਸੰਪਰਕ ਕੀਤਾ ਗਿਆ ਯਾਨੀ ਕਿ ਤਿੰਨ ਵਾਰੀ ਭਾਰਤੀ ਅਫਸਰਾਂ ਨੇ ਚੈੱਕ ਰਿਪਬਲਿਕ ਦੀ ਜੇਲ੍ਹ ਵਿੱਚ ਉਹਦੇ ਨਾਲ ਮੁਲਾਕਾਤ ਕੀਤੀ ਹੈ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸਾਡੇ ਦੇਸ਼ ਦਾ ਉਹ ਨਾਗਰਿਕ ਹੈ ਇਸ ਕਰਕੇ ਅਸੀਂ ਉਹਦੀ ਪੂਰੀ ਮਦਦ ਕਰਾਂਗੇ ਪੰਨੂ ਖਿਲਾਫ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਪੁਖਤਾ ਸਬੂਤਾਂ ਤੋਂ ਬਾਅਦ ਚੈੱਕ ਰਿਪਬਲਿਕ ਦੀ ਪੁਲਿਸ ਨੇ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਕੀਤਾ ਸੀ ਪਿਛਲੇ ਹਫਤੇ ਹੀ ਨਿਖਿਲ ਗੁਪਤਾ ਦਾ ਪਰਿਵਾਰ ਵੀ ਸੁਪਰੀਮ ਕੋਰਟ ਪਹੁੰਚਿਆ ਸੀ ਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਵੀ ਕੀਤੀ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਪਟੀਸ਼ਨ ਤਾਂ ਮਨਜ਼ੂਰ ਕਰ ਲਈ ਸੀ ਪਰ ਇਹ ਵੀ ਕਿਹਾ ਸੀ ਕਿ ਮਾਮਲਾ ਦੋ ਮੁਲਕਾਂ ਦੀਆਂ ਸਰਕਾਰਾਂ ਦੇ ਵਿਚਾਲੇ ਹੈ ਪਰਿਵਾਰ ਨੂੰ ਚੈੱਕ ਰਿਪਬਲਿਕ ਦੀ ਅਦਾਲਤ ਵਿੱਚ ਜਾਣਾ ਚਾਹੀਦਾ ਹੈ ਤੇ ਇਸੇ ਹਫਤੇ ਚੈੱਕ ਰਿਪਬਲਿਕ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਵੀ ਦੱਸਿਆ ਸੀ ਕਿ ਨਿਖਿਲ ਗੁਪਤਾ ਤੇ ਗੰਭੀਰ सामने ਸਾਨੂੰ ਅਮਰੀਕਾ ਦੀ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਸੀ ਉਸ ਦੀ ਸਪੁਰਦਗੀ ਦੀ ਸਾਡੇ ਕੋਲ ਦਰਖਾਸਤ ਪਈ ਹੈ ਅਸੀਂ ਉਹਨੂੰ ਭਾਰਤ ਨੂੰ ਨਹੀਂ ਸੌਂਪ ਸਕਦੇ ਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਭਾਰਤ ਦਖਲ ਅੰਦਾਜ਼ੀ ਨਾ ਦੇਵੇ ਇਹ ਹੁਣ ਸਾਡਾ ਮਲਜ਼ਮ ਹੈ ਤੇ ਇਹ ਵੀ ਚੈੱਕ ਰਿਪਬਲਿਕ ਦੇ ਵੱਲੋਂ ਸਾਹਮਣੇ ਆਇਆ ਕਿ ਨikhil gupta ਦੇ ਵੱਲੋਂ ਹਾਲੇ ਤੱਕ ਕਿਸੇ ਨੇ ਵੀ ਉੱਧਰ ਅਮਰੀਕਾ ਦੇ ਵਿੱਚ ਸੰਪਰਕ ਨਹੀਂ ਕੀਤਾ ਪਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਿੰਦਮ ਬਾਗਚੀ ਦਾ ਬਿਆਨ ਆਪਣੇ ਆਪ ਦੇ ਵਿੱਚ ਹੀ ਬੜਾ ਅਹਿਮ ਹੈ ਕਿ ਨikhil gupta ਨੂੰ ਬਚਾਉਣ ਲਈ ਭਾਰਤ ਸਰਕਾਰ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਤਿੰਨ ਵਾਰੀ ਮੁਲਾਕਾਤ ਹੋ ਚੁੱਕੀ ਹੈ ਪੰਜਾਬੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਛੇਤੀ ਮਿਲਾਂਗੇ ਐਮਰਜੈਂਸੀ ਬੁਲੇਟਨ ਨਾਲ ਧੰਨਵਾਦ